ਸ਼ਹਿਰ ਬੁਢਲਾਡਾ, ਮਾਤਾ ਕੱਲਰ ਵਾਲੀ ਦੇ ਦਰਬਾਰ 'ਤੇ ਤੀਆਂ ਦੇ ਮੇਲੇ ਦਾ ਅੱਜ 19ਵਾਂ ਅਤੇ ਆਖਰੀ ਦਿਨ ਹੈ। ਅਤੇ ਆਖਰੀ ਦਿਨ ਹੋਣ ਕਰਕੇ ਅੱਜ ਇੱਥੇ ਖਲਕਤ ਵੀ ਬਹੁਤ ਜ਼ਿਆਦਾ ਹੈ। ਲਗਾਤਾਰ ਪਿਛਲੇ 18 ਦਿਨਾਂ ਬਾਅਦ ਅੱਜ ਸਭ ਸਹੇਲੀਆਂ ਵਿਛੜ ਜਾਣਗੀਆਂ। ਆਪਣੇ ਦਿਲ 'ਚ ਬਹੁਤ ਸਾਰੇ ਅਰਮਾਨ ਲੈ ਕੇ ਇੱਥੇ ਤੀਆਂ ਵਿੱਚ ਆਉਂਦੀਆਂ ਨੇ, ਹੱਸਦੀਆਂ ਨੱਚਦੀਆਂ ਗਿੱਧਾ ਪਾਉਂਦੀਆਂ ਨੇ। ਅੱਜ ਦੇ ਦਿਨ ਦਾ ਇਹਨਾਂ ਨੂੰ ਚਾਅ ਵੀ ਬਹੁਤ ਹੈ ਅਤੇ ਗਮ ਵੀ, ਕਿਉਂਕਿ ਅੱਜ ਤੋਂ ਬਾਅਦ ਸ਼ਾਇਦ ਹੀ ਇਹਨਾਂ ਨੂੰ ਕਿਤੇ ਮੌਕਾ ਮਿਲੇ ਫਿਰ ਇਕੱਠੇ ਹੋਣ ਦਾ, ਜਾਂ ਫਿਰ ਸ਼ਾਇਦ ਹੀ ਇਹ ਸਾਲ ਬਾਅਦ ਫਿਰ ਇਕੱਠੀਆਂ ਹੋਣ। ਆਓ ਹੁਣ ਆਪਾਂ ਇਹਨਾਂ ਦੀ ਇਸ ਰੌਣਕ ਨੂੰ ਇਸ ਵੀਡੀਓ ਵਿੱਚ ਕੈਦ ਕਰਕੇ ਯਾਦਗਾਰ ਬਣਾਉਂਦੇ ਹਾਂ। Yeah.
ਬਹੁਤ ਵਧੀਆ ਦਿਨ, ਸਾਨੂੰ ਪਤਾ ਹੀ ਨਹੀਂ ਲੱਗਿਆ ਸਾਵਣ ਕਦੋਂ ਚਲਾ ਗਿਆ ਸਾਡੇ ਤੋਂ, ਕਦੋਂ ਦੂਰ ਹੋ ਗਿਆ ਸਾਥੋਂ ਸਾਵਣ ਦੇ ਦਿਨ। ਅਤੇ ਪਰ ਅੱਜ ਅਫਸੋਸ ਵੀ ਆ ਕਿ ਫਿਰ ਸਾਡਾ ਆਖਰੀ ਦਿਨ ਹੈ। ਉਹੀ ਗੱਲ ਹੈ ਕਿ ਦੂਰੋਂ ਦੂਰੋਂ ਜੁਗਾ ਕਈ ਸਾਲਾਂ ਤੋਂ ਵਿਛੜੀਆਂ ਸਹੇਲੀਆਂ ਭੈਣਾਂ, ਅਸੀਂ ਆਪਸ ਵਿੱਚ ਵੀ ਇੱਥੇ ਦੁਨੀਆਂ 'ਚ ਸਾਡਾ ਤਾਲਮੇਲ ਹੋਇਆ। ਅਸੀਂ ਸ਼ੁਕਰਾਨਾ ਕਰਦੇ ਹਾਂ ਇਸ ਮੰਦਰ ਕਮੇਟੀ ਦਾ ਵੀ ਜਿਹਨਾਂ ਨੇ ਇਹ ਉਪਰਾਲਾ ਕਰਕੇ ਇੱਥੇ ਸਾਨੂੰ ਵਿਛੜੀਆਂ ਰੂਹਾਂ ਨੂੰ ਇਕੱਠੇ ਕੀਤਾ। ਅਸੀਂ ਸਹੇਲੀਆਂ ਭੈਣਾਂ ਆਪਸ ਵਿੱਚ ਵੀ ਮਿਲੀਆਂ, ਇੰਜੋਏ ਕੀਤਾ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਪਰ ਅਸੀਂ ਕਹਿੰਦੇ ਹਾਂ ਵੀ ਭਾਦੋ ਚੰਦ ਹੀ ਅੱਗ ਲੱਗ ਜਾਵੇ, ਸਾਉਣ ਵੀ ਇਕੱਠੀਆਂ ਕਰੇ, ਕਿਉਂਕਿ ਸਾਉਣ ਦਾ ਮਹੀਨਾ ਸਾਡੇ ਲਈ ਬਹੁਤ ਜ਼ਿਆਦਾ ਬਹੁਤ ਹਰਮਨ ਪਿਆਰਾ। ਵੈਸੇ ਅਸੀਂ ਹਾੜ ਦੇ ਵਿੱਚ ਸਾਉਣ ਦਾ ਇੰਤਜ਼ਾਰ ਕਰਨ ਲੱਗ ਗਏ ਨਾ ਵੀ ਜਲਦੀ ਜਲਦੀ ਆਵੇ, ਜਲਦੀ ਜਲਦੀ ਸਾਉਣ, ਅਤੇ ਅਸੀਂ ਫਿਰ ਦੁਬਾਰਾ ਤੀਆਂ ਦੇ ਵਿੱਚ ਹਾਜ਼ਰ ਹੋਈਏ, ਇੰਜੋਏ ਕਰੀਏ ਅਤੇ ਗਿੱਧੇ ਭੰਗੜੇ ਅਤੇ ਪੀਂਘਾਂ ਝੂਟੀਏ। ਇਸ ਕਰਕੇ ਅਸੀਂ ਕਹਿੰਦੇ ਹਾਂ ਵਾਏ ਵਾਏ ਸਾਉਣ ਵਾਏ। Yeah.
ਪੈਂਦੇ ਪੈਣਗੇ ਮੇਰੇ ਕੰਡ ਤੋਂ ਬਾਅਦ ਜਲਦੀ ਹੀ ਇਸ ਆਖਰੀ ਦਿਨ ਦਾ ਅਸੀਂ ਦੂਜਾ ਭਾਗ ਤੁਹਾਡੇ ਨਾਲ ਸਾਂਝਾ ਕਰਾਂਗੇ। ਸਾਡੇ ਨਾਲ